लो सर, ठीक हो गया? वधिया जी। हाँ जी, हाँ जी, लो जी, बेहतरीन हो गए। कितने पैसे बने जी? 60 रुपए। 60 रुपए? 60 रुपए। 60 रुपए तो बहुत ज्यादा जी। अगे 50 लेते सी, हुण तुहाडे कोल 60 रुपए ले रहे। बस है, महंगाई हो गई ना हुण भाई जान। ਉਹ ਨਹੀਂ, ਮਤਲਬ 40 ਰੁਪਏ ਦੇ ਵਿੱਚ ਸ਼ੇਵ ਕਰ ਰਹੇ, 60 ਤੇ ਬਹੁਤ ਜ਼ਿਆਦਾ। ਨਹੀਂ ਨਹੀਂ, ਇਸ ਗੱਲ ਤੇ ਲੜਨਾ ਨਹੀਂ ਜੀ। ਨਹੀਂ ਨਹੀਂ, ਕੋਈ ਨਹੀਂ, ਕੋਈ ਐਸੀ ਅਸਲ 'ਚ। ਹਾਂਜੀ, ਇਹਨਾਂ ਗੱਲਾਂ ਕੋਈ ਫਿਰ ਲੜ ਕੇ ਨਾ ਜੀ, ਜੀ ਉਹ ਲੜਾਈਆਂ ਨਸਲਾਂ ਤੱਕ ਚਲੇ ਜਾਂਦੀਆਂ। ਦੇਖੋ, ਚਾਰੋਂ ਪਾਸੇ ਸ਼ੀਸ਼ਾ ਲੱਗਾ ਆ, ਤੁਸੀਂ ਲੜਦੇ ਲੜਦੇ ਕਿਤੇ ਸ਼ੀਸ਼ੇ 'ਚ ਲੱਗੋਗੇ, ਤੁਹਾਡਾ ਕਿਤੇ ਕੋਈ ਅੱਲਾ ਮਾਫੀ ਦੇਵੇ ਕੋਈ ਕੱਟ ਲੱਗ ਸਕਦਾ, ਕੋਈ ਵਾਧਾ ਘਾਟਾ ਆ ਸਕਦਾ। ਆ ਦੇਖੋ ਨਾ, ਕੁਰਸੀਆਂ ਨੇ, ਲੋਹੇ ਦਾ ਸਮਾਨ ਆ, ਤੁਸੀਂ ਲੜਦੇ ਲੜਦੇ ਦੇ ਵਿੱਚ ਵੱਜੋ, ਸਿਰ ਖੁੱਲ ਜਾਵੇ। ਆ ਦੇਖੋ, ਮੈਂ ਆ ਜਿਹੜਾ ਟੇਬਲ, ਇਹਦੀ ਨੁੱਕਰ ਜਿਹੜੀ ਹੈ ਬੇਸ਼ੱਕ ਉਹਨੇ ਗੋਲ ਕੀਤੀ ਹੋਈ ਹੈ, ਲੇਕਿਨ ਅਗਰ ਇਹ ਵੱਖੀ 'ਚ ਵੱਜੇ ਤਾਂ ਗੁਰਦਾ ਤੁਹਾਡਾ ਡੈਮੇਜ ਹੋ ਜਾਏਗਾ। ਉਹ ਮੇਰੀ ਗੱਲ ਸੁਣੋ, 60 ਰੁਪਏ ਦੀ ਗੱਲ ਹੈਗੀ, ਅੱਗੇ 50 ਰੁਪਏ ਲਈਦੇ ਨੇ। ਕੌਣ ਲੜ ਕੌਣ ਰਿਹਾ ਵਾ, ਲੜਾਈ ਕੀਤੀ ਹੈ? ਅੱਲਾ ਦਾ ਸ਼ੁਕਰ ਹੈ, ਤੁਹਾਡੀ ਲੜਾਈ 'ਚ ਮੇਰਾ ਨੁਕਸਾਨ ਨਹੀਂ ਹੋ ਗਿਆ, ਐਨਕ ਟੁੱਟ ਸਕਦੀ ਸੀ ਮੇਰੀ। ਉਹ ਨਹੀਂ ਜਨਾਬ, ਕੀ ਹੋ ਗਿਆ ਭਾਈ ਜਾਨ? ਉਹਨਾਂ ਦਾ ਸਿਰ ਵਿੱਚੋਂ 2 ਹੋਇਆ ਲਮਕ ਰਿਹਾ। ਨਹੀਂ ਨਹੀਂ ਯਾਰ, ਤੇ ਅੱਛੇ ਭਲੇ ਇਨਸਾਨ ਨੇ ਲੱਗ ਰਹੇ ਨੇ, ਲੇਕਿਨ ਅਗਰ ਮੈਂ ਖੁਦਾ ਨ ਖਾਸਤਾ 1 ਸੈਕਿੰਡ ਵੀ ਲੇਟ ਹੋ ਜਾਂਦਾ, ਹਾਂ ਤੇ ਓਏ ਹੋ 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 ਹੋ। ਅਸਲ 'ਚ ਮੈਨੂੰ ਮਸਲਾ ਇਹ ਹੈ ਕਿ ਗਵਾਹੀ 'ਚ ਮੈਨੂੰ ਅੰਦਰ ਜਾਣਾ ਪੈਣਾ ਸੀਗਾ ਕਿ ਇਹ ਬੰਦਾ ਕਿਉਂ ਕਤਲ ਹੋਇਆ। ਉਹ ਤੈਨੂੰ ਇਹਦੀਆਂ ਅੰਤਰਾਂ ਮੈਂ ਇੱਥੇ ਪਾਈਆਂ ਹੋਈਆਂ, ਕੱਢ ਲਈਆਂ ਨੇ। ਨਹੀਂ ਨਹੀਂ, ਐਸੀ ਕੋਈ ਗੱਲ ਨਹੀਂ ਯਾਰ। ਉਹਨਾਂ ਨੇ 60 ਰੁਪਏ ਮੰਗੇ ਆ, ਮੈਂ ਉਹਨਾਂ ਨੂੰ ਕਿਹਾ ਵੀ ਜ਼ਿਆਦਾ ਵਾ, ਇਹਦੇ ਵਿੱਚ ਤੁਸੀਂ ਇੰਨਾ ਭਾੜਾ ਸੁਣਾਤਾ ਵੀ ਲੜਾਈ ਨਹੀਂ ਕਰਨੀ ਚਾਹੀਦੀ, ਲੜਨ ਵਾਲੀ ਤਾਂ ਕੋਈ ਗੱਲ ਹੀ ਨਹੀਂ ਸੀਗੀ। ਨਹੀਂ, ਅਸਲ ਦੇਖੋ ਗੱਲ ਇਹ ਹੈ, ਅੱਜ ਦੇਖੋ ਤੁਸੀਂ ਇਹਨਾਂ ਦੇ 8-10 ਬੰਦੇ ਮਾਰੋਗੇ, ਇਹ ਮੈਂ ਮਾਰਾਂ? ਨਹੀਂ ਨਹੀਂ, ਫਿਰ ਇਹ ਹੈ ਕਿ 15 ਦਿਨ ਬਾਅਦ ਇਹਨਾਂ ਤੁਹਾਡੇ ਮਾਰਨਗੇ ਬੰਦੇ। ਮਤਲਬ ਇਸ ਕੰਮ ਦਾ ਕੋਈ ਫਾਇਦਾ ਨਹੀਂ ਹੈ, ਉਹ ਇਹ ਹੈ ਕਿ ਅੱਗੇ ਕੰਮ ਤੁਰ ਪਏਗਾ, ਦੁਸ਼ਮਣੀ ਵੱਧ ਜਾਏਗੀ, ਇਹਨਾਂ ਦੀ ਨਸਲ ਮੁੱਕ ਜਾਏਗੀ, ਫਿਰ ਇਹਨਾਂ ਦਾ ਕੋਈ ਬੱਚਾ ਜਿਹੜਾ ਆ ਉਹ ਇਹਨਾਂ ਦੀ ਕਬਰ ਦੇ ਉੱਤੇ ਖੜਾ ਹੋ ਕੇ ਕਸਮ ਖਾਏਗਾ ਕਿ ਮੈਂ ਜਵਾਨ ਹੋ ਕੇ ਅੱਬੂ ਜੀ ਤੁਹਾਡੇ ਕਾਤਲਾਂ ਕੋਲੋਂ ਬਦਲਾ ਜ਼ਰੂਰ ਲੈ ਕੇ ਲਵਾਂਗਾ, ਅਤੇ ਮੈਂ ਤੁਹਾਡੀ ਕਬਰ 'ਤੇ ਲਿਆ ਕੇ ਲੰਮੇ ਪਾਵਾਂਗਾ ਤੁਹਾਡੇ ਦੁਸ਼ਮਣ 'ਤੇ। ਇਸ ਅਗਰ ਮੈਂ ਨਾ ਉੱਠਦਾ ਤਾਂ ਇਹ ਮਾਮਲਾ ਜਿਹੜਾ ਇੱਥੇ ਤੱਕ ਪਹੁੰਚ ਗਿਆ ਸੀਗਾ। ਓਏ, ਅਸੀਂ ਕਦੋਂ ਹਲਾਕੂ ਖਾਂ ਤੇ ਮਤਲਬ ਅਸੀਂ ਕੋਈ ਐਸੇ ਕੋਈ ਬੜੇ ਕਿਤੇ ਖਾਨਦਾਨੀ ਕੋ ਮਤਲਬ ਸਾਡੀਆਂ ਰੰਜਿਸ਼ਾਂ ਨੇ, ਅਸੀਂ ਸਿਰਫ 60 ਰੁਪਏ ਦੀ ਤੇ ਗੱਲ ਹੈ। ਜੋ ਤੁਸੀਂ ਕਿਹਾ ਹਲਾਕੂ ਖਾਂ ਤੇ ਬੱਚਾ ਕਸਮ ਖਾਏਗਾ, ਅਸੀਂ ਦੋਵੇਂ ਜੇਲੋਂ ਬਾਹਰ ਆਏ ਹੁਣੇ। ਦੇਖੋ ਇਹ ਤੇ ਅਗਰ ਮੈਂ 2 ਮਿੰਟ ਨਾ ਇੱਥੋਂ ਉੱਠਦਾ ਤੇ ਤੁਸੀਂ ਭਲਾ ਕੀ ਕਰਨਾ ਸੀ? ਕੀ ਮੈਂ 60 ਰੁਪਏ ਦੇ ਦੇਣੇ ਸੀ? ਨਹੀਂ 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 ਨਹੀਂ, ਇਹ ਫਿਰ ਤੁਸੀਂ ਹੁਣ ਤੱਕ ਤੁਹਾਨੂੰ ਜੇਲ੍ਹ ਗਿਆਂ ਵੀ ਕੋ 3-3, 4-4 ਸਾਲ ਹੋ ਗਏ ਹੋਣੇ ਸੀਗੇ। ਤੁਹਾਡੇ ਨਾਲ ਚਾਚਾ ਦਿਮਾਗ ਖਰਾਬ ਕਰਨ ਦਿਆ ਮੇਰਾ ਬੰਦਾ। ਸਿਰਫ ਤੁਹਾਡੇ ਨਾ ਉੱਠਣ ਦੀ ਵਜ੍ਹਾ ਦੇ ਨਾਲ ਐਡਾ ਬਕੂਆ ਹੋ ਜਾਣਾ ਸੀ। ਦੇਖੋ ਉਹ ਕਦੋਂ ਮੈਂ ਉਹਦੇ ਕੋਈ ਚੀਜ਼ ਮਾਰ ਦਿੱਤੀ ਏ, ਕਦੋਂ ਉਹਦੀ ਇੱਥੇ ਕੰਨ ਦੇ ਕੋਲ ਲਾਲ ਲੱਗੀ ਨਿਕਲ ਰਹੀ ਏ, ਕਦੋਂ ਉਹ ਅੱਖ ਫੜ ਕੇ ਐਂ ਦੀ ਖਲੋਤਾ ਹੋਇਆ ਵਾ, ਜਾਂ ਮੈਂ ਉਹਦੀ ਲੱਤ ਵੱਢ ਕੇ ਕਹਿੰਦੇ ਆ ਵੀ ਪੈਸੇ ਤੇਰੇ ਛੱਡੇ, ਲੱਤ ਮੈਨੂੰ ਦੇ ਦੇ, ਜਾਂ ਗੰਡਾਸਾ ਫੜ ਕੇ ਉਹਦੇ ਮਗਰ ਦੌੜ ਰਿਹਾ ਸੀ ਸੈਂਟਰ 'ਚ, ਭਾਈ ਤੂੰ ਆ ਗਿਆ, ਤੂੰ ਕਿਹਾ ਯਾਰ ਮੇਰਾ ਹਜ਼ਾਰ ਕਰ ਲਾ। ਯਕੀਨ ਮੰਨੋ, ਅਗਰ ਮੈਂ 2 ਮਿੰਟ ਹੋਰ ਉੱਥੋਂ ਨਾ ਉੱਠਦਾ, ਹਾਂਜੀ ਹੁਣ ਤੱਕ ਘੋੜੇ ਐ ਨੂੰ ਭੱਜ ਰਹੇ ਹੋਣਾ ਸੀ। ਤੁਸੀਂ ਹੁਣ ਵੀ 2 ਮਿੰਟ ਉੱਥੇ ਬਲਕੇ 5-10 ਮਿੰਟ ਬਹਿ ਕੇ ਵੀ ਵੇਖ ਲਵੋ ਨਾ, ਤੇ ਇੱਥੇ ਤੱਕ ਗੱਲ ਨਹੀਂ ਪਹੁੰਚਣੀ। ਮੈਂ ਮੌਲਾ ਜੱਟ ਕੋ ਸ਼ੇਵ ਕਰਾਉਣ ਆਇਆ ਯਾਰ, ਮੈਂ ਤਾਂ ਘੋੜੇ ਤੇ ਮੇਰੀ ਬਾਹਰ ਮੋਟਰਸਾਈਕਲ ਖਲੋਤੀ, ਮੋਟਰਸਾਈਕਲ ਤੇ ਆਇਆ, ਤੂੰ ਕਿਹੜੇ ਕੰਮ ਨੂੰ ਪੈ ਗਿਆ ਭਰਾ? ਬਸ ਇੰਨੀ ਗੱਲ ਹੈ, ਕੋਈ ਐਡਾ ਇਹ ਤਾਂ ਅੱਲਾ ਪਾਕ ਨੇ ਮੈਨੂੰ ਨਾ ਫਰਿਸ਼ਤਾ ਬਣਾ ਕੇ ਇੱਥੇ ਬਿਠਾਇਆ ਅਖਬਾਰ ਪੜ੍ਹਦੇ ਆ। ਇਹ ਤੇ ਅੱਜ ਇੱਥੇ ਆਪਣੇ ਮੂੰਹ ਫਰਿਸ਼ਤਾ ਨਹੀਂ ਕਹੀਦਾ ਹੁੰਦਾ, ਲੋਕੀ ਕਹਿੰਦੇ ਹੁੰਦੇ ਭਰਾਵਾ। ਆ ਬਸ ਇਸ ਤਰ੍ਹਾਂ ਦਾ ਮਾਮਲਾ ਜਿਹੜਾ ਇਹ ਤੇ ਸਾਇਕ 60 ਰੁਪਏ ਦਾ ਮਾਮਲਾ, ਮੈਨੂੰ ਲੱਗਾ ਕਿ ਜ਼ਿਆਦਾ ਪੈਸੇ ਮੰਗੇ, ਮੈਂ ਘੱਟ ਕਰਾਉਂ। ਅੱਲਾ ਮਾਫੀ, ਅੱਲਾ ਮਾਫ, ਅੱਲਾ ਮਾਫ, ਮੈਂ ਕਿ ਖੰਜਰ ਕੱਢ ਕੇ ਪੁੱਛਣ ਲਿਆ ਉਹਨੂੰ ਯਾਰ ਕਿ ਤੂੰ ਘੱਟ ਕਰਨੇ ਕਿ ਨਹੀਂ ਕਰ। ਅੱਲਾ ਮਾਫ ਕਰੇ, ਅੱਲਾ ਮਾਫ ਕਰੇ, ਅੱਲਾ ਮਾਫ ਕਰੇ। ਇਹ ਫੇ ਜਿਹੜੇ ਤੁਸੀਂ ਖੰਜਰਾਂ ਵਾਲੀ ਗੱਲ ਕਰਨ ਨੇ ਨਾ, ਹਾਂ ਇਹ ਬੜੇ ਖੰਜਰ ਕਿਸਮ ਦੇ ਬੰਦੇ ਨੇ ਬਾਬਾ ਜੀ। ਉਹ ਭਾਈ ਸਾਡਾ ਕੋਈ ਝਗੜਾ ਨਹੀਂ, ਇਹ ਰੈਗੂਲਰ ਕਸਟਮਰ ਹੈਗਾ ਵਾ, ਮੇਰੇ ਕੋਲ ਹਰ ਹਫਤੇ ਆਂਦਾ ਹੈ, ਇਹ ਕੋਈ ਸਾਡਾ ਝਗੜਾ ਨਹੀਂ। ਇਹ ਅਗਰ ਮੈਂ ਗਿਣਤੀ ਦੇ 3 ਸੈਕਿੰਡ ਹੋਰ ਨਾ ਉੱਠਦਾ ਇੱਥੇ, ਤੇ ਮੈਂ 60 ਰੁਪਏ ਦੇ ਦਿੱਤੇ ਸੀ, ਖੁਦਾ ਦੀ ਕਸਮੇ ਮੈਂ ਦੇ ਦਿੱਤੇ ਸੀ 60 ਰੁਪਏ ਯਾਰ। ਉਹ ਕਿਹੜੇ ਕੰਮ ਨੂੰ ਪਿਆ ਭਾਵਾ, ਬਾਤ ਹੀ ਨਹੀਂ ਐਸੀ, ਕੋਈ ਲੜਾਈ ਇੱਡੀ ਵਧਣ ਵਾਲੀ ਗੱਲ ਹੀ ਨਹੀਂ। ਇਹ ਤੇ ਗੱਲ ਜਿਹੜੀ ਜੰਗ ਤੱਕ ਪਹੁੰਚ ਜਾਣੀ ਸੀ। ਕਿਹੜੀ ਜੰਗ ਯਾਰ? ਜੰਗ ਸ਼ੁਰੂ ਹੋ ਜਾਣੀ ਸੀ। ਕਿਹੜੀ ਜੰਗ ਹੋ ਜਾਣੀ? ਕਦੋਂ ਇੱਥੇ ਕੋਈ ਮਤਲਬ ਅਸੀਂ ਇੱਕ ਦੂਸਰੇ ਵੱਲ ਕੋਈ ਮਤਲਬ ਤੋਪਾਂ ਲੈ ਕੇ ਚੜੇ ਆ ਜਾਂ? ਚਾਚਾ ਮੈਨੂੰ ਕਸਮ ਖੁਦਾ ਦੀ ਇੰਜ ਲੱਗਦੇ ਆ ਇਧਰੋਂ ਤੀਰ ਆਉਣੇ ਸ਼ੁਰੂ ਹੋ ਜਾਣੇ ਹੋਣੇ। ਇਹ ਤਾਂ ਮੈਂ ਅਗਰ ਨਾ ਉੱਥੋਂ ਕਿਤੇ ਹੋਰ 2 ਸੈਕਿੰਡ ਨਾ ਉੱਠਦਾ, ਅੱਛਾ ਤੇ ਤਾਂ ਜੰਗੇ ਰੈਂਚ ਸ਼ੁਰੂ ਹੋ ਜਾਣੀ ਸੀ। ਰੈਂਚ? ਉਹ ਜੰਗੇ ਰੈਂਚ ਨਹੀਂ ਉਹ ਭਾਈ,
जंगे पलासी सीगी ओ फ्रांस ते जर्मन दी आ जेड़ी 1770 च होई आ जंगे पलासी सी भरावा जंगे पलासी जंगे रैं च असी इथे टूटियां तो लड़ने सेंट्री आले असी यार तेरा दिमाग खराब है यार कदों इथे को ओदी एल्बो पार्ट दित्ती आ या को इथे को टी टूटी होई आ ओदी कदों या मैं घंटे दी बहस करन आ भाने आ मेनू टूटियां ल्या के दियो नहीं ते विच रह जाना काम या मैं कदों उहनां दा गीजर चेक करदा पिया सी तेरे छाती पै गई तू आ के क्या भाने जंगे रैं च दा काम नहीं नहीं भाई जान अगर इह तां मैं एक सैकंड ना इथे उठदा ते बमबारी ते शुरू सी पिस्तौल ते टोपी रख के अपनी तां करके वेख्या भी कोई है नहीं मैं किन्ने पैसे उन्हें कहा सठ मैं ओहो मैं नहीं देने शेव कराउण ते नाल मेरे स्नैपर भी आए मेरे पिछे रखवाली कर रहे हो भरावा 60 रुपए की गल है यार मतलब सिर्फ 60 रुपए की गल मेनू देने ठीक कह रहा अगर ये 2 सैकंड ना उठता मेरे हाथ च फड़ी सी दात्री अच्छा। मैं तेरा डेला कड़ा लगा सी अगे आके कहना तेनू मेरी कसम ना कड़ी मेरी वजह तो मैं रोक गया तलखी शुरू हो गई है ना अगर मैं उथों 2 सैकंड होर ना उठदा 2 सैकंड टूटे हो तेरी घड़ी केड़ा 2 सैकंड ओए कैदी ने लम्मे पे ने माड़ा जा कपड़ा ला के पुछना सी के सुने केड़े केस च आया 60 रुपए दे शेव वाले केस शेव दा केस किन्नी क सजा इत्थे हो जाएगी यार असी केड़ा काम करता तू सानू जेलां च वी पहुंचाता यार तुहाडी तां हुण नू ड्यूटी जिहड़ी है ना हां जी ओह लंगर ते जेल च लगी होणी सी कि यार ए कैदी बड़ा अच्छा है अच्छा ते इहने बहुत सोहणे उत्थे पेड़े कटण डिया होणा सी मैं आटा गुन्नण डिया होणा सी हां जी असी रोज ही उठ के मतलब सवेरे प्याज कटण डए होणा सी कैदियां दा खाना बनाउणा सी घर जाणा अपने हां जी हां जी जांदे होए मेरा भरा मेरा इक काम कर दे हां जी मेरे अब्बू नू कह जी मेरी मुलाकात ते आ जाओ यार मैं इत्थे बड़ा कल्ला कल्ला महसूस करन रिहा अपने आप नू अच्छा 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 ते कैदियां असी हुण इत्थे मैं चोरी च आया यार इत्थे तुसीं चोरी च आए तू चोरी च आया मैं 20 रुपए च आया मैं चिंची वाले नू 20 दित्ते मैनू 20 च दे इत्थे ते छड़ गया और जांदा होया मेरे चाचे ने भी कमी भी आ सूट बहुत गंदा हो गया वा अगली मुलाकात दे उत्ते जदों आवे ना मेरे 2 सूट भी ले आ हां बहुत तू गल्लां कर रहा है बाहर को वाकिफ हैगा वकील वकूल मेरा केस करवा यार मैं बाहर आवां आ साडियां जमानत तैं करवा दे असी ते यार बच्चियां दी शक्ल वेख्या सब ते अरसा बीत गया परसों ना मेरे घर दे नूं लै के ना 2 नंबर गेट ते पहुंच कचहरियां ते आ तेरी मेहरबानी उत्थे ही ना समात मैं नंगदा ना उन्होंने मुलाकात कर लो यार मेरी हाथ कड़ी खोल दे यार क्यों की होया मैं मुंह ते चंड मारनी है फिर लड़ाई हो पैनी वो ते अगे साडी रिकॉर्ड आ वा यार मेरा दिमाग खराब हो गया भाई तू है कौन है यार इधर आ तेनू मैं दसदा भला बंदा चवल ना होवे ते फजूल दियां यार गल्लां करी जांदे ओ मेरी गल सुन पता की आ मेरी दुकान दे उत्ते प्लाजा आ ना एक कमरा लिया इन्हें किराए ते अच्छा इहदी बुढ़ी दौड़ गई 6 महीने हो गए अच्छा इहनू किसी ने कहा सीगा भी आ तू अमल कर पता नहीं कोई काला जादू करदा कि की करदा बस इंज ही ना किते इहदा पुट्ठा पिया होया अखबार स्टडी करो बैठो बड़ी रहमत है दिमाग खराब करके रखता पानी पियो तुसी इत्थे आओ नाले
ਯਾਰ ਇਹਦੇ ਨਾਲ ਮੈਂ ਨਹੀਂ ਬਹਿਣਾ ਯਾਰ ਕੋਈ ਨਹੀਂ ਲਾਗੇ ਹੋ ਜੋ ਖੈ ਕੁਛ ਨਹੀਂ ਕਹਿੰਦਾ ਅੱਲਾ ਦਾ ਸ਼ੁਕਰ ਆ ਕਿਤੇ ਮੈਂ 2 ਸੈਕਿੰਡ ਓਏ ਆਹੋ ਯਾਰ ਹੁਣ ਮੈਨੂੰ ਇਹ ਨਹੀਂ ਸਮਝ ਆ ਰਹੀ ਮੈਂ ਇਹਦੀ ਗੱਲ ਸੁਣ ਕੇ ਮੈਂ ਪੀਵਾਂ ਕਿ ਮੈਂ ਇੰਨੇ 'ਚ ਡੁੱਬ ਕੇ ਮਰ ਜਾਵਾਂ ਯਾਰ ਮੈਂ ਕੀ ਬੰਦਾ ਦਿਮਾਗ ਖਰਾਬ ਕਰੀ ਜਾ ਰਿਹਾ ਯਾਰ ਮੇਰਾ ਤੁਸੀਂ ਇਹਦੀ ਟੈਨਸ਼ਨ ਨਾ ਲਵੋ ਮੈਂ ਤੁਹਾਨੂੰ ਦੱਸਿਆ ਨਾ ਇਹਦੇ ਬਾਰੇ ਉੱਪਰ ਰਹਿੰਦੇ ਨੇ ਇਹ ਦੇਖੋ ਜੀ ਮੈਂ 3 ਸਾਲ ਤੋਂ ਤਕਰੀਬਨ ਇੱਥੇ ਬਹਿ ਰਿਹਾ ਅੱਜ ਮੈਨੂੰ ਇਸ ਗੱਲ ਦਾ ਇਦਰਾਕ ਹੋਇਆ ਕਿ ਮੇਰੇ ਇੱਥੇ ਬਹਿਣ ਦੀ ਵਜ੍ਹਾ ਕੀ ਸੀ ਮੈਨੂੰ ਕਿਉਂ ਇੱਥੇ ਬਹਾਇਆ ਗਿਆ ਕਿ ਦੇਖੋ ਇਸ ਕੰਮ ਵਾਸਤੇ ਇਸ ਜੰਗ ਨੂੰ ਰੋਕਣ ਵਾਸਤੇ ਜੀ 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 ਤਦੀ ਤੁਸੀਂ ਇਹ 2 ਸੈਕਿੰਡ ਜੇ ਅਗਰ ਪਹਿਲੇ ਨਾ ਨਾ ਵਿੱਚ ਆਉਂਦੇ ਤੇ ਜੰਗ ਤੇ ਸ਼ੁਰੂ ਹੀ ਸੀਗੀ ਹਾਂਜੀ ਹਾਂਜੀ ਸਾਡੇ ਵਾਸਤੇ ਤਾਂ ਤੂੰ ਨਾ ਢੇਠਾ ਹੀ ਸਾਬਤ ਹੋ ਕੇ ਆਇਆ ਆ ਹਕੀਕਤ ਇਹ ਢੇਠਾ ਹੀ ਸਾਬਤ ਹੋਇਆ ਤੂੰ ਸਾਡੇ ਵਾਸਤੇ ਤੂੰ ਤੂੰ ਜੇ 2 ਕੀ ਪੜਨ ਦਿਆ ਯਾਰ ਦਿਮਾਗ ਮੇਰਾ ਖਰਾਬ ਹੁੰਦਿਆ ਯਾਰ ਕਾਲਾ ਇਲਮ ਕਰਦਾ ਸੀਗਾ ਤੇ ਪੁੱਠਾ ਪੈ ਗਿਆ ਤੁਸੀਂ ਇਹਦੀ ਟੈਨਸ਼ਨ ਨਾ ਲਵੋ ਕੋਈ ਐਸੀ ਗੱਲ ਬਹੁਤ ਮਾਮਲਾਤ ਖਰਾਬ ਹੋ ਜਾਣੇ ਸੀ ਜਿਹੜਾ ਆ ਉਹ ਇਹ ਦੇਖ ਲਓ ਕਿ ਤੁਸੀਂ ਤੇ ਇਸ ਟਾਈਮ ਅਦਾਲਤਾਂ ਚ ਹੋਣਾ ਸੀਗਾ ਅਦਾਲਤਾਂ ਚ ਹਾਂਜੀ ਹਾਂਜੀ ਹਾਂ 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 ਤੁਸੀਂ ਇਦਾਂ ਕਰੋ ਜੀ ਇੱਥੇ ਬਹਿ ਕੇ 2 ਮਿੰਟ ਗੱਲਾਂ ਕਰੋ ਅੱਛਾ ਮੇਰੀ ਪੇਸ਼ੀ ਆ ਗਈ ਮੈਂ ਪੇਸ਼ੀ ਭੁਗਤ ਲਵਾਂ ਮੈਨੂੰ ਅਦਾਲਤ ਤੋਂ ਆਵਾਜ਼ ਪਈ ਤੁਸੀਂ ਪੇਸ਼ੀ ਤੇ ਬਾਅਦ ਚ ਜਾਣਾ ਜਿਹੜਾ ਮੇਰੇ ਪੇਸ਼ ਪਿਆ ਨਾ ਇਹਦਾ ਕੁਝ ਕਰਕੇ ਜਾਣਾ ਮੈਂ ਕਿੱਥੇ ਕਰਕੇ ਜਾਣਾ ਮੈਂ ਤੇ ਮੇਰੀ ਤਾਂ ਹੱਥ ਕੜੀ ਲੱਗੀ ਆ ਮੈਨੂੰ ਤਾਂ ਲੈ ਕੇ ਆਏ ਪੇਸ਼ੀ ਦੇ ਮੈਨੂੰ ਤਰੀਕ ਮਿਲਣੀ ਮੈਂ ਚੱਲ ਜਾਣਾ ਮੈਂ ਕਿਹੜੇ ਜੋਗਾ ਇਹ ਤੁਹਾਡੇ ਖਿਆਲੀ ਕੜੀਆਂ ਜਿਹੜੀਆਂ ਲੱਗੀਆਂ ਨੇ ਹੁਣ ਤੁਸੀਂ ਆਪਣੀ ਕੰਡ ਤੇ ਖੁਰਕ ਕਿੱਦਾਂ ਕਰੋਗੇ ਇਹ ਤੇ ਤਰ੍ਹਾਂ ਯਾਰ ਕਿਹੜੀ ਅਦਾਲਤ ਭਰਾਵਾ ਕਿਹੜਾ ਮਾਮਲਾ ਸੀ ਕੀ ਕਰ ਦਿੱਤਾ ਸੀ ਇਹ ਹੈ ਕਿ ਹੁਣ ਤੱਕ ਤਾਂ ਤੁਹਾਡੇ ਸਾਹਮਣੇ ਆਰਡਰ 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 ਮੈਨੂੰ ਵੈਸੇ ਹੁਣ ਅਹਿਸਾਸ ਹੋ ਰਿਹਾ ਅੱਛਾ ਹੀ ਗੱਲ ਅਗਰ 2 ਸਕਿੰਟ ਪਹਿਲੇ ਇਹ ਬੰਦਾ ਉੱਠ ਕੇ ਸਾਡੇ ਵਿੱਚ ਨਾ ਆਉਂਦਾ ਹਾਂਜੀ ਮੈਨੂੰ ਤਾਂ ਫਾਂਸੀ ਬੋਲ ਗਈ ਫਾਂਸੀ ਹੋ ਗਈ ਹਾਂਜੀ ਹਾਂਜੀ ਹੁਣ ਤੇ ਕਰਦੇ ਤੁਹਾਡੇ ਮੂੰਹ ਦੇ ਉੱਤੇ ਕਾਲਾ ਕੱਪੜਾ ਪਾ ਕੇ ਰੱਸਾ ਗਲ 'ਚ ਪਾ ਕੇ ਥੱਲਿਓ ਫਟਾ ਖਿੱਚ ਦਿੱਤਾ ਹੋਣਾ ਸੀਗਾ ਮੈਂ ਕਿਹਾ ਮਿਲ ਆਊਟ ਕਾਰਵਾਈ ਸ਼ੁਰੂ ਕੀ ਜਾਏ ਅੱਛਾ ਮੈਂ ਕਿਹਾ ਸੁਣਾ ਤੇਰੇ ਕੇਸ ਦਾ ਕੀ ਬਣਿਆ ਵਕੀਲ ਕੇਸ ਦਾ ਕੀ ਬੰਨਾ ਭਰਾਵਾ ਮੈਂ ਤੈਨੂੰ ਕਤਲ ਕੀਤਾ ਤੇਰੀਆਂ ਨਸਲਾਂ ਮਕਾਤੀਆਂ ਮੈਨੂੰ ਕਿਹਨੇ ਛਡਾਉਣਾ ਵਕੀਲ ਹੱਥ ਨਹੀਂ ਪਾਉਂਦਾ ਪਿਆ ਮੇਰੇ ਕੇਸ ਨਹੀਂ ਤੇ ਵਕੀਲ ਦੀ ਜਿਹੜੀ ਕੋ ਥੋੜੀ ਬਹੁਤੀ ਫੀਸ ਦੇ ਸਰਕਾਰੀ ਵਕੀਲ ਵੀ ਹੁੰਦੇ ਨੇ ਇਹ ਗੱਲਾਂ ਬਾਅਦ ਚ ਕਰਦੇ ਆ ਨਾਲ ਖੋਖਾ ਬੜਾ ਸੋਹਣਾ ਯਾਰ ਆਹ ਕਚਰੀਆਂ ਉਹ ਪੱਲੀ ਦਾਲ ਦੇ ਨਾਲ ਉਹ ਚਾਹ ਤੇ ਮਗਾਓ ਤੇ ਪੀਏ ਯਾਰ ਕਿਨੇ ਤੋਂ 2 ਕੱਪ ਚਾਹ ਮੰਗਵਾ ਲੈ ਆ 3 ਮੰਗਾ ਲੈ ਮੇਰੇ ਨਾਲ ਆ ਜਿਹੜਾ ਦਿਨ ਕਰੀ ਲਈ ਇਹਨੂੰ ਵੀ ਪੀਓ ਹਾਂ ਉਹਨਾਂ ਕਹਿੰਦਾ ਪੱਤੀ ਥੋੜੀ ਜਿਹੀ ਤੇਜ਼ ਰੱਖਣੀ ਪੱਤੀ ਤੇਜ਼ ਅਜੀ ਤੇਜ਼ ਵਾਲੀ ਜਾ ਵੀ ਨਹੀਂ ਤੇਜ਼ ਫਿਰ ਜਿਵੇਂ ਪੱਤੀ ਇਹਦਾਂ ਦੀ ਪਵਾਈ ਵਿੱਚ ਹਾਂਜੀ ਬਲੇਡ ਪਵਾਲਵਾ ਵਿੱਚ ਪੱਤੀ ਦੀ ਅਗਰ ਹਾਂਜੀ ਭਰਾਵਾ ਅਸੀਂ ਕੋਈ ਐਸਾ ਜੁਰਮ ਨਹੀਂ ਕੀਤਾ ਮੇਰਾ ਵੀਰ ਦਿਮਾਗ ਨਾ ਖਾ ਇੱਥੇ ਕਹਿੰਦੇ ਕਚਹਿਰੀਆਂ 'ਚ ਕੋਈ ਬਹੁਤ ਮਸ਼ਹੂਰ ਹੈ ਬੰਦਾ ਚਾਹ ਵਾਲਾ ਹਾਂਜੀ ਹਾਂਜੀ ਇੱਥੇ ਹਾਂਜੀ ਹਾਂਜੀ 2 ਕੱਪ ਤੂੰ 3 ਕੱਪ ਕਹਿ ਦੇ 3 ਕੱਪ ਚਾਹ ਮੈਂ ਉਹਨੂੰ ਆ 3 ਕੱਪ ਚਾਹ ਭੇਜ ਦੇਣਾ ਯਾਰ ਹਾਂਜੀ ਹਾਂਜੀ ਆ ਭਾਈ ਨੂੰ ਬੈਨ ਦੇ ਉਰੇ ਹੋ ਜਾਗਾ ਬੈਠੋ ਭਾਈ ਬੈਠੋ ਜੀ ਬੈਠੋ ਤੁਸੀਂ ਬੈਜੋ ਭਾਈ ਕੋਈ ਨਹੀਂ ਬੈਜੋ ਓਏ ਬਾਛੋ ਬੈਜੋ ਬੈਜੋ ਉਹਨਾਂ ਨਾਲ ਉਰੇ ਜਾ ਅੱਛਾ ਅੱਛਾ ਮੈਂ ਨਾਲ ਹੀ ਮੁਸਲਮ ਹੋਰ ਵੀ ਆ ਗਏ ਅੱਛਾ ਹਾਂਜੀ ਹਾਂਜੀ ਉਰੇ ਇੱਥੇ ਚਲੋ ਚਲੀ ਦਾ ਮਕਾਮ ਹੈ ਕੁਝ ਇਸ ਤਰ੍ਹਾਂ ਜੀ ਤਰੀਕਾਂ ਪੈਂਦੀਆਂ ਨੇ ਕਈ ਕੈਦੀ ਆਉਂਦੇ ਨੇ ਕਈ ਜਾਂਦੇ ਨੇ ਬਸ ਇਸੇ ਤਰ੍ਹਾਂ ਹੀ ਹੈਗੇ ਭਾਈ ਹੈਗੇ ਮੇਰੇ ਕੋ ਕੀ ਤੁਹਾਨੂੰ ਬੇੜੀ ਵੈਸੇ ਬਹੁਤ ਅੱਛੀ ਲੱਗ ਰਹੀ ਹੈ ਉਹ ਇੱਕ ਮਿੰਟ ਉਹ ਆਪਣਾ ਸਪਾਈ ਸਾਹਿਬ ਨੇ ਸਿਗਰਟ ਮੰਗਿਆ ਹੈਗੇ ਭਾਈ ਲਓ ਅੱਛਾ ਜੀ ਸਿਗਰਟ ਆ ਦੋ ਸਿਗਰਟ ਲਓ ਜੀ ਲਓ ਸਿਗਰਟ ਤੁਹਾਨੂੰ ਬੇੜੀ ਕਿੰਨੀ ਜਚਣ ਦੀ ਭਾਈ ਬਸ ਕੰਮ ਤੇ ਮਾੜਾ ਹੀ ਆ ਲੇਕਿਨ ਜੁਰਮ ਜੁਰਮ ਹੀ ਹੁੰਦਾ ਇੱਕ ਬੰਦਾ ਮੈਂ ਕਤਲ ਕੀਤਾ ਭਾਈ ਕੌਣ ਉਹਨੇ ਮੈਂ ਕੁਛ ਸ਼ੇਵ ਕਰਾਉਣ ਗਿਆ ਅੱਛਾ ਉਹਨੇ ਮੇਰੇ ਕੋਲ ਮੰਗੇ 60 ਰੁਪਏ ਅੱਛਾ ਮੈਂ ਉਹਨੂੰ ਕਿਹਾ ਘੱਟ ਕਰ ਉਹਨੇ ਕਿਹਾ ਨਹੀਂ ਹੋਣੇ ਮੈਂ ਉਹਦਾ ਛੁਰਾ ਮਾਰਿਆ ਉਹ ਮਰਿਆ ਨਹੀਂ ਮੁੜ ਕੇ ਮੈਂ ਪਿੱਛੋਂ ਤੋਪ ਲਿਆਂਦੀ ਤੋਪ ਲਿਆ ਕੇ ਤੇ ਮੈਂ ਦਿਮਾਗ ਤੇ ਰੱਖੀ ਗੋਲਾ ਮਾਰਿਆ ਕੱਖ ਨਹੀਂ ਬਣਿਆ ਯਕਦਮ ਫਿਰ ਉਹਨੇ ਪਿੱਛੋਂ ਜੀਭ ਲਾਇਆ ਸਾਡੀ ਜੰਗ ਸ਼ੁਰੂ ਹੋ ਗਈ ਮੇਰੇ ਨਾਲ ਪਿੱਛੇ ਕੋਈ 300 ਬੰਦਾ ਸੀ ਮੈਂ ਅੱਗੇ ਸੱਪਾ ਸਲਾਰ ਸੀ ਸਿਪਾਹੀ ਜਿਹੜੇ ਬਮਾ ਅਸਲਾ ਆਏ ਪਿੱਛੋਂ ਤੀਰਾਂ ਦੀ ਬਾਰਿਸ਼ ਆਈ ਆ ਉਹ ਅਸੀਂ ਰੋਕੇ ਫਿਰ ਨਹੀਂ ਕੋਈ ਸਾਡੇ ਕਿਸੇ ਦੇ ਇੱਕ ਦੇ ਵੱਜੇ ਨਾ ਕਾਬੂ ਨਹੀਂ ਆ ਰਿਹਾ ਫਿਰ ਸਾਡੀ ਜੰਗੇ ਰੈਂਚ ਸ਼ੁਰੂ ਹੋ ਗਈ ਸਾਡੀ ਉੱਥੇ ਵਾਪਸ ਆਪਸ ਦੇ ਵਿੱਚ ਸਾਡੀ ਜੰਗ ਹੋਣ ਵਾਲੀ ਸੀ ਇੱਕ ਬੰਦਾ ਬਾਹਰ ਬੈਠਾ ਸੀ ਉਹ 2 ਸਕਿੰਟ ਪਹਿਲੇ ਵਿੱਚ ਆਇਆ ਉਹਨੇ ਆ ਕੇ ਸਾਡਾ ਮਾਇਦਾ ਅਮਲ ਤਾਸ ਕਰਵਾਇਆ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਲੇਕਿਨ ਉਹਦੇ ਬਾਵਜੂਦ ਸਾਨੂੰ ਫੜ ਕੇ ਲੈ ਗਈ ਪੁਲਿਸ ਹੁਣ ਅਸੀਂ ਇਸ ਟਾਈਮ ਕਚਹਿਰੀਆਂ ਬੈਠੇ ਹਾਂ ਸਾਲਿਆ ਵਕੀਲ ਸਾਹਿਬ ਉਹ ਮੇਰੀ ਗੱਲ ਸੁਣੋ ਬੜੀਆਂ ਤਰੀਕਾਂ ਪੈ ਚੁੱਕੀਆਂ ਅਸੀਂ ਇਹ ਕੇਸ ਜਿੱਤ ਜਾਵਾਂਗੇ ਹੈ ਕੋਸ਼ਿਸ਼ ਤਾਂ ਮੈਂ ਆਪਣੀ ਪੂਰੀ ਕਰ ਲਈ ਹਾਂ ਲੇਕਿਨ ਬਹਿਸ ਵੀ ਤੁਹਾਡੇ ਸਾਹਮਣੇ ਆ ਸਾਰੀ ਬਹਿਸ ਤਾਂ ਤੁਸੀਂ ਬਹੁਤ ਕੀਤੀ ਉਹ 8000 ਰੁਪਿਆ ਰਹਿੰਦਾ ਸੀ ਤੁਹਾਡੇ ਹਾਲ ਹਾਂਜੀ ਹਾਂਜੀ ਉਹ ਤੁਸੀਂ ਦੇ ਦਿੰਦੇ ਉਹ ਮੇਰੇ ਚਾਚੇ ਨੇ ਆਉਣਾ ਨਾ ਮੁਲਾਕਾਤ ਤੇ ਉਹ ਵੀ ਤੁਹਾਨੂੰ ਮਿਲ ਜਾਣਗੇ ਕੋਈ ਐਸੀ ਗੱਲ ਕਾਗਜ਼ ਜਿਹੜੇ ਕੋ ਬਣਾਉਣੇ ਬਣਾ ਲਓ ਮੇਰੀ ਅੱਛਾ ਬੱਚੇ ਨੂੰ ਦਿਓ ਇਹਨੂੰ 1000 ਰੁਪਿਆ ਦੇਣਾ ਸਵੇਰ ਦਾ ਭੱਜ ਨਾ ਸਕਰਨ ਦੇ ਕਦੇ ਕਚਹਿਰੀਆਂ ਜਾਂਦਾ ਕਰਿਆ ਮੇਰਾ ਚਾਚਾ ਹੁੰਦਾ ਨਾ ਪੈਸੇ ਲੈ ਕੇ ਮੈਂ ਤੁਹਾਡੇ ਸਾਰੇ ਦੇ ਦੇਣੇ ਨੇ ਤੁਹਾਡੀ ਫੀਸ ਵੀ ਦੇਣੀ ਆ ਬੱਚੇ ਨੂੰ ਜਿਹੜਾ ਤੁਸੀਂ ਕਾਗਜ਼ ਮੰਗਾਉਣੇ ਉਹ ਵੀ ਆ ਜਾਂਦੇ ਲੇਕਿਨ ਜਾਂਦੇ ਹੋਏ ਤੁਸੀਂ ਚਾਹ ਜਿਹੜੀ ਨਾ ਮੇਰੇ ਚੈਂਬਰ 'ਚ ਬਹਿ ਕੇ ਪੀ ਕੇ ਜਾਣੀ
ਉਹ ਤੇ ਮੈਂ ਪੀ ਲਵਾਂਗਾ ਲੇਕਿਨ ਅਗਲੀ ਪੇਸ਼ੀ ਦੇ ਉੱਤੇ ਮੇਰਾ ਨਾ ਫੈਸਲਾ ਕਰਵਾ ਫਿਕਰ ਨਾ ਕਰੋ ਫਿਕਰ ਨਾ ਕਰੋ ਫਿਕਰ ਨਾ ਕਰੋ ਹਾਂ ਠੀਕ ਹੈ ਮੇਰੇ ਕੋਲ ਆਖਰੀ ਸਬੂਤ ਆ ਗਿਆ ਫਾਂਸੀ ਦਾ ਅੱਛਾ ਜੀ ਮਤਲਬ ਤੁਹਾਨੂੰ ਫਾਂਸੀ ਤੋਂ ਮੈਂ ਬਚਾ ਲਾਂਗਾ ਬੜੀ ਮਿਹਰਬਾਨੀ ਜਨਾਬ ਤੁਹਾਡੀ ਬਸ ਨਾ ਮੈਂ ਦੀ ਲਾਸਟ ਸਬੂਤ ਆਫ ਮਰਡਰ ਜਿਹੜਾ ਨਾ ਉਹ ਮੈਂ ਲੱਭ ਲਿਆ ਐ ਗਵਾਹ ਅੱਛਾ ਤੂੰ ਦੇਂਗਾ ਨਾ ਸਾਡੀ ਕੋਈ ਜੀ ਜੀ ਮੈਂ ਗਵਾਹ ਆ ਅੱਛਾ 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 ਲਾਣਤ ਬੇਸ਼ੁਮਾਰ ਤੇਰੇ ਤੇ ਯਾਰ ਕਿਉਂ ਪੱਕਾ ਹੀ ਹੋ ਜਾਂਦਾ ਤੇਰਾ ਇੰਨਾ ਤਸੀ ਤਵਾ ਲਾਉਣੇ ਯਾਰ ਤੂੰ ਬੰਦਾ ਹੈ ਕਿ ਤੂੰ ਕੀ ਵੇਚਿਆ ਯਾਰ ਤੈਨੂੰ ਸਮਝ ਨਹੀਂ ਆਉਂਦਾ ਹੀ ਇਹਨੂੰ ਸਮਝਾ ਯਾਰ ਕਿਉਂ ਦਿਮਾਗ ਖਰਾਬ ਕਰੀ ਜਾਂਦੇ ਆ ਯਾਰ ਕਿੰਨਾ ਸਫ਼ਰ ਕਰਾਤਾ ਉਹ ਇੱਥੇ ਬੈਠਿਆ ਬੈਠਿਆ ਲੈਣੇ ਮੈਂ 60 ਰੁਪਏ ਸਾ ਦੇਖੋ ਮੈਨੂੰ ਲੱਗ ਰਿਹਾ ਕਿ ਹਾਲਾਤ ਨਾ ਹਾਂਜੀ ਉਧਰ ਨੂੰ ਜਾ ਰਹੇ ਨੇ ਜਿੱਧਰੋਂ ਮੈਂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਯਾਰ ਤੁਹਾਡੇ ਲੋਕਾਂ ਕੋਲ ਨਾ ਬਹਿਣਾ ਠੀਕ ਨਹੀਂ ਹੈਗਾ ਤੁਸੀਂ ਅਸਲ 'ਚ ਮੈਨੂੰ ਲੱਗ ਰਿਹਾ ਕਿ ਨਾ ਟੀਵੀ ਤੇ ਖਬਰਾਂ ਬਹੁਤ ਦੇਖ ਰਹੇ ਆ ਤੁਸੀਂ ਤਾਂ ਬਹੁਤ ਅਗਰੈਸਿਵ ਲੋਕ ਆ ਤੁਸੀਂ ਤੇ ਤੁਹਾਡੇ 'ਚ ਤਾਂ ਬਹੁਤ ਅਗਰੈਸ਼ਨ ਹੈ ਚਵਲ ਚੌਧਰੀ ਕਦੋਂ ਅਸੀਂ ਤੇਰੇ ਸ਼ੋਅ 'ਚ ਬੈਠੇ ਆ ਸਾਡਾ ਜਿਰਗੇ ਪ੍ਰੋਗਰਾਮ ਤੋਂ ਕਿਤੇ ਧਿਆਨ ਹਟੇ ਤੇ ਅਸੀਂ ਇਹਦੇ ਵੱਲ ਵੇਖੀਏ ਆਹੋ ਸਾਨੂੰ ਤਾਂ ਸ਼ੇਖ ਸ਼ਹੀਦ ਦਾ ਸੰਘਾਰ ਲੈ ਕੇ ਬਹਿ ਗਏ ਸਾਨੂੰ ਸਾਨੂੰ ਤੇ ਇੱਕ ਦਿਨ ਜੀਓ ਨਹੀਂ ਇੱਕ ਦਿਨ ਮਰੋ ਕੇ ਸਾਥ ਸਾਡੇ ਮੱਥੇ ਲੱਗਾ ਹੋਇਆ ਹੈ ਵੇਖ ਤੇ ਸਹੀ ਸਾਨੂੰ ਤੇ ਸਮਝ ਹੀ ਨਹੀਂ ਲੱਗ ਰਹੀ ਬਹੁਤ ਗਲਤ ਬਾਤ ਹੈ ਕੋਈ ਦੇਖੇ ਨਾ ਦੇਖੇ ਚਵਲ ਤੋਂ ਦੇਖ ਰਹਾ ਹੈ ਨਾ ਐਸੇ ਹੀ ਐਸੇ ਉਹ ਵੀ 2 ਸਕਿੰਟ ਪਹਿਲੇ ਆ ਕੇ ਦੇਖਦਾ ਤੇ ਬੇੜਾ ਗਰਕ ਕਰ ਦਿੰਦਾ ਹਾਂਜੀ ਹਾਂਜੀ ਇਹ ਤੇ ਸਰੇਆਮ ਹੀ ਇੰਜ ਕਰਕੇ ਪ੍ਰੋਗਰਾਮ ਲੈ ਕੇ ਤੁਰ ਪਿਆ ਨਾ ਜਿਵੇਂ ਸਰੇਆਮ ਦਾ ਬੜਾ ਐਂਕਰ ਬਣਿਆ ਫਿਰਦਾ ਹੈ ਉਹ ਸ਼ਬਾਜ਼ ਨਜ਼ਦੀਕ ਤੂੰ ਸਾਨੂੰ ਕਦੋਂ ਜਲਸਾ ਕਰਦਾ ਦੇਖ ਲਿਆ ਯਾਰ ਕਿਹੜੀ ਸਿਆਸਤ ਦੀ ਗੱਲ ਕਰਨ ਆ ਭਰਾਵਾ ਕਿਹੜਾ ਮਾਮਲਾ ਹੋ ਗਿਆ ਸਾਡੇ ਕੋਲ ਕਿਉਂ ਸਾਡੇ ਪਿਆਂ ਤੋਂ ਖੇੜੇ ਯਾਰ ਇੰਨਾ ਯਾਰ ਦੇਖ ਤਾਂ ਸਹੀ ਐਨਕ ਲਾਈ ਅੱਗੇ ਅਖਬਾਰ ਰੱਖੀ ਆ ਤੂੰ ਕਹੀ ਇੰਨਾ ਪਾਗਲਾ ਮੈਨੂੰ ਇੰਝ ਲੱਗਦਾ ਫੈਜ਼ ਅਹਿਮਦ ਫੈਜ਼ 1 ਘੰਟੇ ਤੋਂ ਸਾਨੂੰ ਸਮਝਾ ਰਿਹਾ ਤੇ ਸਾਨੂੰ ਸਮਝ ਨਹੀਂ ਆ ਰਹੀ ਔਰ ਹਰ 2 ਸੈਕਿੰਡ ਬਾਅਦ ਆ ਕੇ ਜਿਹੜਾ ਨਾ ਸਾਡਾ ਅੱਗੇ ਰੌਲਾ ਨਾ ਮੁੱਕਣ ਦਿੰਦਾ ਨਾ ਅੱਗੇ ਟੁਰਨ ਦਿੰਦਾ ਦੇਖੋ ਤੁਸੀਂ ਨਾਦਾਨ ਦੋਸਤੋ ਅੱਛਾ ਜੀ ਸਿਆਣੇ ਬੰਦੇ ਨੇ ਸਿਆਣੀ ਗੱਲ ਕਰਨੀ ਹੁੰਦੀ ਹੈ 100 ਗਜ਼ ਰੱਸਾ ਤੇ 1/2 ਕਿਲੋ ਖੰਡ ਓ ਭਾਈ 100 ਗਜ਼ ਰੱਸਾ ਤੇ ਸਿਰੇ ਤੇ ਗੰਢ ਇਹ ਮੇਰਾ ਹੀ ਕਸੂਰ ਆ ਇਹ ਮੈਂ ਹੀ ਬੇਵਕੂਫ ਹਾਂ ਔਰ ਜਿਹਨੇ ਤੈਨੂੰ ਇੱਥੇ ਬਹਿਣ ਦਿੱਤਾ ਔਰ ਤੈਨੂੰ ਤਾਂ ਬਿਠਾਇਆ ਸੀ ਵੀ ਤੈਨੂੰ ਅਕਲ ਆ ਜੂਗੀ ਤੂੰ ਤਾਂ ਮੇਰੇ ਅਗਲੇ ਪਖੇੜੇ ਵਿਗਾੜੀ ਜਾਂਦਾ ਔਰ ਕੈਸਾ ਬੰਦਾ ਯਾਰ ਤੂੰ ਯਾਰ ਇਹ ਲੜਾਈ ਪਤਾ ਕਿੱਦਾਂ ਮੁੱਕਦੀ ਹੈ ਮੈਂ ਤੈਨੂੰ ਪੈਸੇ ਦਵਾਂ ਤੇ ਆਪਣੇ ਘਰ ਜਾਵਾਂ ਲੈ ਆ ਯਾ ਬਿਹਤਰੀਨ ਅਸਲ 'ਚ ਨਾ ਜੀ ਤੁਸੀਂ ਦੋਨੋਂ ਹਾਂ ਗਜ਼ਲ ਅੱਛਾ ਗੀਤ ਠੁਮਰੀ ਖਿਆਲ ਇਹ ਸੁਣਾ ਕਰੇ ਆਪ ਯਾਨੀ ਮੂਸੀਕੀ ਇਹ ਸਾਡੇ ਦਿਮਾਗ ਤੇ ਅਸਰ ਕਰੂਗੀ ਇਹਦੇ ਨਾਲ ਤੁਸੀਂ ਕੋਮਲ ਰਹੋਗੇ ਕੀ ਰਹੋਗੇ ਕੋਮਲ ਇਹ ਕੋਮਲ ਕੌਣ ਆ ਕੋਮਲ ਰਿਜ਼ਵੀ ਦੀ ਗੱਲ ਨਹੀਂ ਮੈਂ ਕਰ ਰਿਹਾ ਮੈਂ ਗੱਲ ਕਰ ਰਿਹਾ ਕੋਮਲ ਸੁਰ ਛੋਟਾ ਸੁਰ ਬਿਲਕੁਲ ਮਲੂਕ ਸ਼ਾਇਸਤਾ ਗੁਫ਼ਤਗੂ ਉਰਦੂ ਚ ਗੱਲਬਾਤ ਬਹੁਤ ਯੂ ਨੋ ਸਕੀਲ ਔਰ ਦਕੀਕ ਇਹਨੂੰ ਕਹਿੰਦੇ ਨੇ ਕੋਮਲ ਹਾਂਜੀ 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 ਅੱਛਾ ਤੂੰ ਤੈਨੂੰ ਕੀ ਲੱਗਦਾ ਇੰਨੀ ਮੇਰੀ ਅੱਗੋਂ ਟਿੰਡ ਆ ਮਤਲਬ ਇਹ ਟਿੰਡ ਆ ਮੇਰੇ ਪਿੱਛੇ ਤਬਲੇ ਵਾਲਾ ਨਾਲ ਇੱਕ ਵਾਜੇ ਵਾਲਾ ਅਸੀਂ ਇੱਥੇ ਆ ਕੇ ਫੌਰਨ ਪੁੱਛਿਆ ਕਿ ਭਾਈ ਆਪਨੇ ਯਹਾਂ ਪੇ ਕਹੀਂ ਮਹਿੰਦੀ ਹਸਨ ਕੋ ਤਾਂ ਨਹੀਂ ਦੇਖਾ ਹਮ ਉਹਨੇ ਢੂੰਡ ਰਹੇ ਹਾਂ ਮਤਲਬ ਮੈਂ ਸ਼ਾਗਿਰਦ ਹੋਣਾ ਹੈ ਇੱਥੇ ਕਿਸੇ ਦਾ ਗਜ਼ਲ ਸੁਣਨ ਦਾ ਕੀ ਤੱਲਕ ਆ ਯਾਰ ਸ਼ੇਪ ਕਰਾਉਣ ਨਾਲ ਇੱਥੇ ਮੂੰਹ ਵਿੰਗੇ ਟੇਡੇ ਕਰਕੇ ਗੁੱਲੋਂ ਮੇ ਰੰਗ ਭਰੇ ਉਹ ਜਾਂ ਮੈਂ ਇੱਥੋਂ ਸਲੌਂ 'ਚ ਵੜਨ ਤੋਂ ਪਹਿਲੇ ਨਾਰੇ ਲਾਉਂਦਾ ਆਉਂਦੇ ਸੀ ਗੁਲਾਮ ਅਲੀ ਜ਼ਿੰਦਾਬਾਦ ਗੁਲਾਮ ਅਲੀ ਜ਼ਿੰਦਾਬਾਦ ਜਾਂ ਮੈਂ ਤੈਨੂੰ ਆ ਕੇ ਕਿਹਾ ਹੋਵੇ ਤੂੰ ਮੈਨੂੰ ਇੰਨੀਆਂ ਗੱਲਾਂ ਕੀਤੀਆਂ ਤੂੰ ਮੈਨੂੰ ਜਾਣਦਾ ਨਹੀਂ ਮੈਂ ਜਗਜੀਤ ਸਿੰਘ ਦਾ ਨਾ ਕਜ਼ਨ ਆ ਜਾਂ ਮੈਂ ਜਦੋਂ ਆ ਸਲੌਂ 'ਚ ਵੜਨ ਲੱਗਾ ਸੀ ਮੈਂ ਦਰਵਾਜ਼ਾ ਖੋਲ੍ਹ ਕੇ ਤੈਨੂੰ ਕਿਹਾ ਹੋਵੇ ਭਾਈ ਨਾਈ ਹਮ ਤੇਰੇ ਸ਼ਹਿਰ ਮੇ ਆਏ ਹੈ ਮੁਸਾਫਰ ਕੀ ਤੇਰਾ ਜਾਂ ਮੈਂ ਤੈਨੂੰ ਉੱਤੋਂ ਆਵਾਜ਼ ਦਿੱਤੀ ਹੋਵੇ ਹੈਲੋ ਗੁਲੋਂ ਮੇ ਰੰਗ ਭਰਨੇ ਆ ਜ਼ਰਾ ਪੰਪ ਚਲਾਈ ਦੇਖੋ ਬਾਦੇ ਨੌ ਬਹਾਰ ਚਲੇ ਦੀ ਗੱਲ ਹੋ ਰਹੀ ਹੈ ਤੇ ਇਹ ਤੁਸੀਂ ਬੜੀ ਸੌਫਟ ਜੀ ਗੁਫ਼ਤਗੂ ਕਰ ਰਹੇ ਹੋ ਕਿ ਬਾਦੇ ਨੌ ਬਹਾਰ ਚਲੇ ਉਹ ਗਜ਼ਲ ਦਾ ਕੀਤਾ ਲੱਗ ਮੈਂ ਤੈਨੂੰ ਉੱਤੇ ਖਲੋਤਾ ਯਾਰ ਆਵਾਜ਼ਾਂ ਦੇ ਰਿਹਾ ਸੀਗਾ ਕਿ ਯਾਰ 2 ਮਿੰਟ ਆ ਜਾ ਆਪਾਂ ਬਾਤ ਤੋ ਸੱਚ ਹੈ ਮਗਰ ਬਾਤ ਹੈ ਰਸਵਾਈ ਕੀ ਤੁਸੀਂ ਗੱਲ ਸਮਝ ਨਹੀਂ ਰਹੇ ਅੱਛਾ ਅੱਛਾ ਉਹ ਲੋਟਾ ਤੋ ਮੇਰੇ ਪਾਸ ਹੀ ਆਇਆ ਹਾਂਜੀ 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 ਅੱਛਾ ਪ੍ਰਵੀਨ ਸ਼ਾਕਰ ਜੀ 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 ਮੈਂ ਤੇ ਕੋ ਘੰਟੇ ਦਾ ਬਚਦਾ ਤੈਨੂੰ ਇੱਕੋ ਜੁਮਲਾ ਬੋਲਦਾ ਹਾਂ ਕਿ ਯਾਰ ਕੱਚੀ ਦੀਵਾਰ ਹੂੰ ਠੋਕਰ ਨਾ ਲਗਾਣਾ ਮੁਝ ਕੋ ਉਹ ਯਾਰ ਬੈਸ ਹੁੰਦਾ ਮਤਲਬ 40 ਰੁਪਏ ਦੇ ਨਾਲ 40 ਰੁਪਏ ਮੈਂ ਨਹੀਂ ਲੈਣੇ ਮੈਂ ਤੇਰੇ ਕੋਲੋਂ 60 ਰੁਪਏ ਬਣਦੇ ਅੱਜ ਤੈਨੂੰ ਉਹ ਦੇਣੇ ਪੈਣੇ ਆ ਮੈਂ 40 ਤਾਂ ਵੀ ਮੁਕਰਾਣਾ ਤੂੰ ਲੈ ਨਹੀਂ ਸਕਦਾ ਮੈਂ ਤੈਨੂੰ ਦੱਸਾਂ ਉਹ ਕਿਉਂ ਜਨਾਬ ਕੰਮ ਨਹੀਂ ਕਰਵਾਇਆ
ਤੂੰ ਮੈਂ ਇੱਥੇ ਖੱਪ ਪਾ ਦੇਣੀ ਤੂੰ ਮੇਰਾ 2 ਲੱਖ ਰੁਪਈਆ ਵੀ ਕੱਢਿਆ ਸ਼ੇਵ ਕਰ ਦੇਣੇ ਮੇਰੀ ਇੱਕ ਮਿੰਟ ਗੱਲ ਸੁਣ ਲਾ ਮੇਰੀ ਦੁਕਾਨ ਤੇ ਖੱਪ ਨਾ ਪਾਈ ਤੈਨੂੰ ਮੈਂ ਪਤਾ ਲੱਗ ਜਾਂਦਾ ਮੈਂ ਜਿੰਨਾ ਨੂੰ ਫੱਟਾ ਲੱਗਾ ਅੱਜ ਦੇਖ ਤੇ ਮੈਂ ਤੇਰੀਆਂ ਨਸਲਾਂ ਤੱਕ ਜਾਣਾ ਸਾਰੇ ਮਾਰਦੇ ਜਾਣਾ ਕੀ ਫੋਨ ਕਰਨ ਲੱਗਾ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਵਾਲੇਕੁਮ ਸਲਾਮ ਓਏ ਰਮਜ਼ਾਨ ਨੂੰ ਲੈ ਕੇ ਆ ਉਹਨੂੰ ਕਹਾ ਡੰਡੇ ਵੀ ਲੈ ਕੇ ਆ ਉੱਥੋਂ ਬੱਲੇ ਵੀ ਲੈ ਕੇ ਆ ਅੱਛਾ ਜਿਹੜੇ ਬੰਦੇ ਤੇਰੇ ਹੀ ਨੇ ਸਾਡੇ ਕੋਈ ਇੱਥੇ ਤੂੰ ਵੀ 20 ਸਾਲ ਲੜਾਈ ਨਹੀਂ ਮੁਕਣੀ ਮੈਂ ਤੈਨੂੰ ਦੱਸਾਂ ਮੈਂ ਤੈਨੂੰ ਦੱਸਦਾ ਨਾ ਹੁਣੇ ਆ ਵੇਖ ਇੱਥੇ ਹੁਣ ਓਏ ਜਿੱਦੇ ਅੱਜ ਪੱਪੂ ਨੂੰ ਨੰਨੇ ਨੂੰ ਚੌਕੀ ਨੂੰ ਸਾਰੇ ਹੀ ਓਏ ਜਿਹੜੀ ਪਾਕਿਸਤਾਨੀ ਚੌਂਕ 'ਚ ਤੋਪ ਲੱਗੀ ਉਹ ਵੀ ਲੈ ਕੇ ਆ ਤਰਾ ਮੈਂ ਮਾਰਾਂਗਾ ਸਾਰੇ ਲੈ ਕੇ ਹਾਕੀਆਂ ਤੈਨੂੰ ਲੱਗ ਜਾਂਦਾ ਪਤਾ ਪਠਾਣਾ ਦੇ ਟਾਲ ਤੇ ਜਿੰਨੇ ਮੋਟੇ ਮੋਟੇ ਡੰਡੇ ਵੀ ਲੈ ਆ ਉਹਨੂੰ ਵੀ ਲੈ ਕੇ ਤੇ ਆ ਇੱਥੇ ਮੇਰੇ ਦੇ ਮੈਂ ਅੱਜ ਸ਼ੀਸ਼ੇ ਸਾਰੇ ਤੋੜ ਕੇ ਤੇਰੇ ਦੋ ਦੋ ਮੈਂ ਤੈਨੂੰ ਦੱਸਾਂ ਅੱਜ ਤੂੰ ਕਿਸੇ ਹੋਰ ਮੇਰੀ ਗੱਲ ਸੁਣ ਮੈਂ ਤੈਨੂੰ ਦੱਸਦਾ ਹੀ ਹਾਂ